अस्सलाम वालेकुम जी, मैं हां तुहाडा अपना होस्ट बाबा जी खोरे सच संताली दे लैके प्रोग्राम। मैं इस वेले सियाटल विच पहुंच गया वा, स्टेट वाशिंगटन USA दे अंदर। पाकिस्तान दी बॉर्डरीज तो बाहर मैं तुहाडे नाल वादा कीता सी, मैनूं जदों मौका मिलेगा मैं खोरे सच संताली दे लैके ते मैं अमेरिका भी पहुंच आया वा। इत्थे भी लोकां दे नाल जो वर्तियां वंड होई पंजाब दी, जिन्हां जिन्हां लोकां ने तकलीफां सहियां, अपनी धरती नूं छड्डन दियां, अपनी धरती मां नूं जुदा कीता गया, बणे तणे रुख जिहड़े ने इक जगह तों पुट के ते दूजे पासे सुट दित्ते गए, अज वी उहनां दियां जिहड़ियां आवाज़ है उहनां दे विच जिहड़ी दर्द है विछड़न दा अपनी मिट्टी दे नाल प्यार, मैं कहिंदा वां कि मैं जदों वी सुणदा मेरी रूह कंब जांदी है। हुण वी इक इक जिसम दा जिहड़ा लूकंडा उह खड़ा हो गया सिर्फ वंड दे बारे जिहड़ियां मैं गल्लां सुणदा वां, अपनी धरती नाल जिहड़ा प्यार सुणदा वां लोकां दा उह अनमुल है जी। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮਿਹਰਬਾਨ ਸਿੰਘ ਪੱਟੀ ਜੀ। ਮਿਹਰਬਾਨ ਸਿੰਘ ਪੱਟੀ ਜੀ, ਤੁਹਾਡੇ ਪਿਤਾ ਜੀ ਦਾ ਨਾਮ? ਸਰਦਾਰ ਸੋਹਣ ਸਿੰਘ ਪੱਟੀ। ਥੋੜਾ ਉੱਚਾ ਬੋਲੋ ਜਰਾ। ਸਰਦਾਰ ਸੋਹਣ ਸਿੰਘ ਪੱਟੀ, ਉਸ ਪਾਸੇ ਤੁਹਾਡਾ ਦੇਖਣਾ ਜੀ। ਸਰਦਾਰ ਸੋਹਣ ਸਿੰਘ ਪੱਟੀ ਜੀ, ਉਹ ਤਾਂ ਕਿੰਨੇ ਭਾਈ ਸੀ ਸਰਦਾਰ ਸੋਹਣ ਸਿੰਘ ਪੱਟੀ ਜੀ? ਦੋ ਭਰਾ ਸੀ ਜੀ। ਠੀਕ ਹੋ ਗਿਆ ਜੀ। ਦਾਦਾ ਜੀ। ਤੇ ਤੁਹਾਡੇ ਦਾਦਾ ਜੀ ਦੇ ਨਾਮ? ਸਰਦਾਰ ਨਾਰਾਇਣ ਸਿੰਘ ਪੱਟੀ। ਔਰ ਤੁਹਾਡੇ ਪਿੰਡ ਦਾ ਨਾਮ ਕੀ ਸੀ? ਅੱਠਕਸੀ। ਅੱਠਕਸੀ, ਕੋਟ ਮੂਲ ਚੰਦ ਵੀ ਆਦਿ ਸੀ। ਕੋਟ ਮੂਲ ਚੰਦ ਜੀ, ਠੀਕ ਹੋ ਗਿਆ ਜੀ। ਅਤੇ ਡਿਸਟ੍ਰਿਕਟ ਕਿਹੜੀ ਸੀਗੀ ਜੀ? ਕਬੀ ਡਿਸਟ੍ਰਿਕਟ ਮੁਲਤਾਨ, ਤਹਿਸੀਲ ਕਬੀਰ ਵਾਲਾ। ਜੀ 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 ਜੀ, ਹੁਣ ਤਾਂ ਕਬੀਰ ਵਾਲਾ ਵੀ ਡਿਸਟ੍ਰਿਕਟ ਬਣ ਗਈ ਹੈ ਜੀ। ਅੱਛਾ, ਤੁਸੀਂ ਕੋਈ ਬਜ਼ੁਰਗਾਂ ਨੇ ਜਿਹੜਾ ਤੁਹਾਨੂੰ ਵੰਡ ਬਾਰੇ ਸੰਤਾਲੀ ਬਾਰੇ ਦੱਸਿਆ ਕਿ ਜਦੋਂ ਤੁਸੀਂ ਉੱਥੋਂ ਉੱਜੜ ਕੇ ਆਏ ਹੋ ਤਾਂ ਕੀ? ਉਹ ਜੀ, ਜਦੋਂ ਬਾਰਡਰ ਕ੍ਰੋਸ ਕੀਤਾ ਨਾ, ਹਾਂਜੀ, ਅਸੀਂ ਪਹਿਲਾਂ ਸਟੇਸ਼ਨ 'ਤੇ ਰਹੇ, ਮੈਨੂੰ ਦੱਸਦੇ ਹੁੰਦੇ ਆ, ਹਾਂਜੀ, ਸਰਸਾ। ਉਸ ਤੋਂ ਬਾਅਦ ਅਸੀਂ ਗੱਲ ਗਏ ਸ਼ਾਹਬਾਦ ਮਾਰਕੰਡਾ। ਅੱਛਾ ਜੀ, ਕਿਹੜੀ ਡਿਸਟ੍ਰਿਕਟ 'ਚ ਪੈਂਦਾ ਜੀ ਇੰਡੀਆ ਦੇ 'ਚ? ਸਰਸਾ ਤਾਂ ਡਿਸਟ੍ਰਿਕਟ ਬਣ ਗਿਆ, ਅੱਗੇ ਆਪਣੇ ਹਿਸਾਰ ਡਿਸਟ੍ਰਿਕਟ 'ਚ ਪੈਂਦਾ ਸਰਸਾ। ਅੱਛਾ ਜੀ। ਹੁਣ ਤਾਂ ਜਿਹੜਾ ਹੈਗਾ ਸ਼ਾਹਬਾਦ ਮਾਰਕੰਡਾ, ਉਹ ਪੈਂਦਾ ਆਪਣੇ ਕੁਰਕਸ਼ੇਤਰ ਅੰਬਾਲੇ 'ਚ ਪੈਂਦਾ ਇਹਦੇ ਮਿੰਗਿਆ। ਠੀਕ ਹੈ ਜੀ। ਅਤੇ ਉੱਥੇ ਰਹੇ 2.5 ਸਾਲ, ਫਿਰ ਉੱਥੋਂ ਬਾਅਦ, ਹਾਂਜੀ, ਉਸ ਤੋਂ ਬਾਅਦ ਜੀ ਅਸੀਂ ਪਿੰਡ ਬੀਗੜ, ਫਤਿਹਾਬਾਦ ਡਿਸਟ੍ਰਿਕਟ, ਹੁਣ ਡਿਸਟ੍ਰਿਕਟ ਬਣ ਕੇ ਗਿਆ, ਤਹਿਸੀਲ ਸੀ ਜੀ, ਉੱਥੇ ਆ ਕੇ ਜੀ ਮੈਂ ਉੱਥੇ ਪੜ੍ਹਦਾ ਪੁੜ੍ਹਦਾ ਰਿਹਾ। ਫਿਰ ਇਹਨਾਂ ਨੂੰ, ਬੱਚਿਆਂ ਨੂੰ ਵੀ ਉੱਥੋਂ ਪੜ੍ਹਾਇਆ, ਉੱਥੋਂ ਬੀਗੜ ਪਿੰਡ ਵਿੱਚ। ਅਜੇ ਵੀ ਜ਼ਮੀਨ ਸਾਡੀ ਹੈਗੀ ਇਹ। ਸਹੀ ਜੀ। ਤਾਂ ਅਮੈਰੀਕਾ ਕਦੋਂ ਆਏ? ਮੈਨੂੰ 5 ਸਾਲ ਹੋ ਚੱਲੇ, ਕਦੇ ਆ ਗਿਆ ਕਦੇ ਚਲਾ ਗਿਆ। ਕੀ ਮਹਿਸੂਸ ਹੁੰਦਾ ਆਪਣੀ ਜਨਮ ਭੂਮੀ ਦੇਖਣ ਨੂੰ ਦਿਲ ਕਰਦਾ? ਬਿਲਕੁਲ ਜੀ, ਜੋ ਸੁੱਖ ਛੱਜੂ ਦੇ ਬਾਰੇ ਮੈਂ ਬਲਖ ਨਾ ਬੁਖਾਰੇ, ਜੋ ਉੱਥੇ ਮਿਲਦਾ ਸਵਾਦ, ਉੱਥੇ ਕਿਤੇ ਵੀ ਸਕੂਨ ਨਹੀਂ ਆ ਸਕਦਾ। ਇਹ ਗੱਲ ਮੈਂ ਬਾਰ ਬਾਰ, ਮੈਨੂੰ ਨਹੀਂ ਸਮਝ ਆਉਂਦੀ ਹੈ ਕਿ 70 ਸਾਲ ਹੋ ਗਏ ਨੇ ਵੰਡ ਨੂੰ, ਜਿਸ ਬੰਦੇ ਨੂੰ ਪੁੱਛ ਲਵੋ ਉਹਦਾ ਜ਼ਖਮ ਇੰਝ ਹੀ ਹਰਾ ਜਿਵੇਂ ਕਿ ਅੱਜ ਹੀ ਵੰਡ ਹੋਈ ਹੋਵੇ। ਇੱਦਾਂ ਜ਼ਿੰਦਗੀ ਜਿਹੜੀ ਹੈ ਗੁਜ਼ਰਦੀ ਤਾਂ ਜਾਂਦੀ ਹੈ, ਇਨਸਾਨ ਤਰੱਕੀਆਂ ਕਰਦਾ ਹੋਇਆ ਕਿੱਥੋਂ ਕਿੱਥੇ ਪਹੁੰਚ ਜਾਂਦਾ, ਲੇਕਿਨ ਆਪਣੀ ਜਨਮ ਭੂਮੀ ਨੂੰ ਭੁੰਨਣਾ ਜਿਹੜਾ ਉਹ ਆਸਾਨ ਕੰਮ ਨਹੀਂ ਹੈ। 3 ਸਾਲ ਦੀ ਉਮਰ ਸੀ ਬਜ਼ੁਰਗਾਂ ਦੀ ਜਦੋਂ ਕਿ ਪਾਕਿਸਤਾਨ ਬਣਿਆ, ਔਰ ਕਬੀਰ ਵਾਲਾ ਤੋਂ ਮੂਵ ਕੀਤੇ ਨੇ। ਕਬੀਰ ਵਾਲਾ ਤੋਂ ਬੜੇ ਅੱਛੇ ਦੋਸਤ ਨੇ ਮਾਹਰ ਤਾਲਬ ਨਵਾਜ਼ ਜੋਤਾ ਸਾਹਿਬ, ਅਤੇ ਮੈਂ ਕਹਾਂਗਾ ਕਿ ਉੱਥੇ ਦੇ ਲੋਕ ਬੜੇ ਸਟਰੋਂਗ ਲੋਕ ਤਸੱਵਰ ਕੀਤੇ ਜਾਂਦੇ ਨੇ ਮੁਲਤਾਨ ਰੀਜਨ ਦੇ, ਔਰ ਬੜੇ ਸਖ਼ਤ ਕਿਸਮ ਦੇ ਲੋਕ। ਕੀ ਆਪਣੇ ਬਜ਼ੁਰਗ ਉੱਥੇ ਕੀ ਕਰਦੇ ਸੀ, ਕੀ ਕਾਰੋਬਾਰ ਸੀ ਉੱਥੇ ਉਸ ਵੇਲੇ? ਸਾਡਾ ਦਾਦਾ ਜੀ ਦਾ ਕਾਰੋਬਾਰ ਸੀ ਖੇਤੀਬਾੜੀ ਦਾ। ਅੱਛਾ ਜੀ, ਆਪਣੀਆਂ ਜ਼ਮੀਨਾਂ ਸੀਗੀਆਂ? ਜ਼ਮੀਨਾਂ ਸੀ ਆਪਣੀਆਂ। ਸਹੀ ਸਹੀ ਸਹੀ। ਤਾਂ ਕੋਈ ਯਾਦ ਦੱਸਦੇ ਨੇ ਕਿ ਵੀ ਕਿੰਨੀ ਜ਼ਮੀਨ ਸੀਗੀ, ਕਿਉਂਕਿ ਉੱਥੇ ਤਾਂ ਬੜੀ ਵੈਲ ਐਗਰੀਕਲਚਰ ਲੈਂਡ ਹੈ। ਤੁਹਾਨੂੰ ਦੱਸਦਾ ਜੀ, ਦਾਦਾ ਜੀ ਦਾ ਜਨਮ ਹੋਇਆ ਹੈ ਉੱਥੇ ਜਾ ਕੇ, ਉੱਥੇ ਅੱਠਕਸੀ ਵਿੱਚ। ਅੱਠਕਸੀ ਚ ਜੀ, ਅੱਠਕਸੀ ਕੋਲ ਮੂਲ ਚੰਦ। ਅੱਛਾ, ਠੀਕ ਹੈ ਜੀ। ਅਤੇ ਜਿਹੜੇ ਹੈਗੇ ਸੀ ਨਾ ਬਜ਼ੁਰਗ, ਹਾਂਜੀ, ਉਹ ਲਾਹੌਰ ਦੇ ਰਹਿਣ ਵਾਲੇ ਦੱਸਦੇ ਸੀ ਪਹਿਲਾਂ। ਜਿਹੜੇ ਮਾਮਲੇ ਨਹੀਂ ਪੂਰੇ ਹੋਏ ਨਾ, ਫਿਰ ਉਹਨਾਂ ਨੇ ਉਹ ਮੁਲਤਾਨ ਦੀ ਬਾਹਰ ਜਾ ਤੱਕੀ। ਮੇਰੇ ਦਾਦੇ ਉੱਧਰ ਜ਼ਮੀਨਾਂ ਸਸਤੀਆਂ ਸੀ, ਉੱਧਰ ਉੱਥੇ ਜਾ ਕੇ ਖੂਬ ਆਪਣੇ ਆਪ ਲਾਏ, ਟਾਪੇ ਪਕਾਈਆਂ, ਸਭ ਕੁਛ। ਮੂਲ ਚੰਦ ਦੇ ਮਤਲਬ ਕੋਈ ਦੱਸੋ ਜੀ, ਬੜੀ ਵੱਡੀ ਸਰਾਏ ਲਾਹੌਰ ਰੇਲਵੇ ਸਟੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। ਆਪਾਂ ਹੋਰ ਕੋਈ ਪਤਾ ਨਹੀਂ, ਇਹ ਤਾਂ ਬਜ਼ੁਰਗਾਂ ਦੇ ਮੂੰਹ ਜੋ ਕੁਛ ਸੁਣਿਆ ਜੀ ਮੈਂ ਤਾਂ। ਮੈਨੂੰ ਇਹਦਾ ਮਤਲਬ ਹੈ ਕਿ ਮੂਲ ਚੰਦ ਦੀ ਖੋਜ ਕਰਨ ਵਾਸਤੇ ਕਬੀਰ ਵਾਲੇ ਜਾਣਾ ਪੈਣਾ। ਠੀਕ 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 ਠੀਕ। ਉੱਥੇ ਕਈ ਬਜ਼ੁਰਗ ਹੈਗੇ ਸੀ ਜੀ,
ਜਿਹੜੇ ਇੱਧਰ ਆ ਕੇ ਮੇਰੀ ਸਮਾਲਾ 'ਚ ਵੇਖੇ ਨੇ ਮੈਂ ਡੈਥ ਹੋਈ ਉਹਨਾਂ ਦੀ ਜਾਂ ਜੋ ਵੀ ਹੋਇਆ ਜੀ ਜੀ ਤਾਂ ਗੱਲ ਇਹ ਵੀ ਇਹ ਪਰਮਾਤਮਾ ਦੇ ਰੰਗ ਨੇ ਉਸਦੀ ਕੁਦਰਤ ਦਾ ਖੁਸ਼ ਹੋਣਾ ਚਾਹੀਦਾ ਹੈ ਵੀ ਤੂੰ ਜੋ ਕਰ ਰਿਹਾ ਠੀਕ ਆ। ਚਲੋ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਇਸਲਾਮਾਬਾਦ ਤੋਂ ਘੱਟੋ ਘੱਟ 12 ਘੰਟੇ ਦਾ ਰਾਹ ਜੀ ਵਨ ਸਾਈਡਡ, ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਜਿਸ ਵਕਤ ਉੱਥੇ ਪਹੁੰਚਣਾ ਹਾਂ ਮੈਨੂੰ ਮੌਸਮ ਠੀਕ ਮਿਲਦਾ ਔਰ ਕੋਈ ਰਾਈਡਰ ਅੱਛਾ ਮਿਲ ਗਿਆ ਤਾਂ ਮੈਂ 2-3 ਦਿਨ 4 ਦਿਨ ਲਾ ਕੇ ਮੈਂ ਤੁਹਾਡਾ ਪਿੰਡ ਦਾ ਤੁਹਾਡਾ ਤੁਸੀਂ ਮੈਨੂੰ ਸਿਰਫ ਇੰਨਾ ਦੱਸੋ ਕਿ ਬਜ਼ੁਰਗ ਕੋਈ ਕੋਈ ਨਾਮ ਦੱਸਦੇ ਸੀ ਕਿਸੇ ਦੋਸਤ ਦਾ ਕੋਈ ਫੈਮਿਲੀ ਦਾ ਉੱਥੇ ਨਾਮ ਲੈਂਦੇ ਨੇ ਉਹਦੇ 'ਚ ਕਦੀ ਉਹਨਾਂ ਨੇ ਕਿਹਾ ਹੋਵੇ ਸਾਡੇ ਗੁਆਂਢੀ ਫਲਾਣੇ ਸੀ ਜ਼ਮੀਨਾਂ ਦੀ ਬੰਨਾ ਛੋਟੇ ਛੋਟੇ ਜੀ ਛੋਟਾ ਜਿਹਾ ਪਿੰਡ ਸੀ ਵੱਡਾ ਪਿੰਡ ਨਹੀਂ ਹਾਂ 30-40 ਘਰ ਦਾ ਸੀ ਠੀਕ ਹੈ ਆਪਸ 'ਚ ਹੀ ਸੀ ਉਹਨਾਂ ਦਾ ਓਕੇ ਕੋਈ ਪੱਟੀ ਬੈਠੇ ਸੀ ਕੋਈ ਮੋਢੀ ਸਾਡੇ ਉਹ ਬੈਠੇ ਸੀ ਕੋਈ ਗਿੱਲ ਬੈਠੇ ਸੀ ਅੱਛਾ ਇਹ ਦੱਸਦੇ ਠੀਕ ਹੈ ਜੀ ਨਹੀਂ ਪਤਾ ਕੀ ਹੈ ਜਦੋਂ ਕਿਸੇ ਦਾ ਪਿਛੋਕੜ ਅਸੀਂ ਲੱਭਣ ਲਈ ਜਾਂਦੇ ਹਾਂ ਨਾ ਤਾਂ ਕੋਈ ਨਾ ਕੋਈ ਉੱਥੇ ਪਿੰਡ ਦੇ ਕਾਮੇ ਹੋ ਗਏ ਪਿੰਡ ਦੇ ਵਿੱਚ ਹੋਰ ਲੋਕ ਹੋ ਗਏ ਉਹਨਾਂ ਦੇ ਨਾਮ ਦੀ ਵਜ੍ਹਾ ਨਾਲ ਫਿਰ ਪਤਾ ਕੀ ਹੁੰਦਾ ਕਿ ਫੈਮਿਲੀ ਦੇ ਟਰਮਸ ਤੋਂ ਪਤਾ ਚੱਲਦਾ ਮੈਨੂੰ ਤਾਂ ਨਹੀਂ ਪਤਾ ਕਿੰਨਾ ਗਹਿਣਾ ਮੋਚੀ ਅੱਛਾ ਜੀ ਗਹਿਣਾ ਮੋਚੀ ਦੱਸ ਰਹੇ ਨੇ ਜੀ ਗਹਿਣਾ ਮੋਚੀ ਕੋਈ ਹੁੰਦਾ ਸੀ ਉੱਥੇ ਜੀ ਹੋਵੇਗਾ ਜੀ ਮੈਨੂੰ ਨਹੀਂ ਹਾਂ ਨਹੀਂ ਉਹ ਉਹਦੇ ਨਾਲ ਇਹ ਹੋਏਗਾ ਕਿ ਸਾਨੂੰ ਉੱਥੇ ਜਾ ਕੇ ਲੱਭਣਾ ਥੋੜਾ ਜਿਹਾ ਆਸਾਨ ਹੋ ਜਾਏਗਾ ਪਿੰਡ ਦੇ ਵਿੱਚ ਗੱਲ ਇਹ ਨਾ ਕਿ ਮੈਨੂੰ ਦੱਸਦੇ ਆ ਵੀ ਅਸੀਂ ਉਹ ਵਿਚਕਾਰ ਜਿਹੜਾ ਸਾਡਾ ਖੇਤ ਸੀ ਹਾਂਜੀ ਖੂਹ ਸੀ ਨਾ ਖੂਹ ਸੀ ਉਹਦੇ ਉਹ 4 ਮਰਬਿਆਂ ਦਾ ਖੂਹ ਸੀ ਅੱਛਾ 4 ਮਰਬਿਆਂ ਦਾ ਕੋਈ ਖੂਹ ਸੀ ਉਹ ਇੱਕੋ ਖੂਹ ਸੀ ਖੂਹ ਗਈ ਸੀ ਉੱਥੇ ਮੇਰੇ ਦਾਦੇ ਦਾ ਨਾਂ ਸਰਦਾਰ ਕੇਸਰ ਸਿੰਘ ਉਹ ਉਹਦੇ ਅੰਬਾਂ ਵਾਲਾ ਬਾਗ ਵੱਜਦਾ ਹੁੰਦਾ ਉੱਥੇ ਦਾ ਜੀ ਅੰਬ ਦੁਨੀਆਂ ਦੇ ਵਿੱਚ ਮੈਂ ਦੱਸੀ ਚੱਲਾਂ ਕਿ ਕਬੀਰ ਵਾਲਾ ਦੇ ਵਿੱਚ ਦੁਨੀਆਂ ਦਾ ਜਿਹੜਾ ਅੰਬ ਪੈਦਾ ਹੁੰਦਾ ਉਹਦੀ ਮਿਠਾਸ ਦਾ ਕੋਈ ਸਾਨੀ ਨਹੀਂ ਹੈ ਅਗਰ ਕਿਸੇ ਨੇ ਟੇਸਟ ਕਰਨਾ ਤਾਂ ਪਾਕਿਸਤਾਨੀ ਵਾਈਟ ਚੌਂਸਾ ਲੈ ਕੇ ਉਹਨੂੰ ਟੇਸਟ ਕਰਕੇ ਜਾਂ ਉਹਦਾ ਪਲਪ ਵੀ ਮਿਲ ਜਾਂਦਾ ਉਹ ਖਾ ਕੇ ਦੇਖੋ ਤਾਂ ਫਿਰ ਮੈਨੂੰ ਦੱਸਣਾ ਕਿ ਵਾਕਈ ਮੇਰੀ ਗੱਲ ਠੀਕ ਹੈ ਜਾਂ ਗਲਤ ਹੈ ਅੰਬ ਲਈ ਮੁਲਤਾਨ ਕਬੀਰ ਵਾਲਾ ਮੁਜ਼ੱਫਰਗੜ੍ਹ ਇਹ ਏਰੀਏਜ਼ ਜਿਹੜੇ ਨੇ ਰਿਚੈਸਟ ਮੈਂਗੋ ਫਾਰਮਸ ਜਿਹੜੇ ਮੁਜ਼ੱਫਰਗੜ੍ਹ ਦੇ ਵਿੱਚ ਮੇਰਾ ਫੁੱਫੜ ਰਹਿੰਦੇ ਸੀ ਗੁੱਡ ਤੇ ਉਹਨਾਂ ਦੇ ਫਾਦਰ ਦਾ ਨਾਂ ਤੇ ਹੈਗਾ ਸੀ ਮੈਨੂੰ ਭੁੱਲਦਾ ਗਿਆ ਉਹ ਹਕੀਮ ਸੀ ਅੱਛਾ ਵੇਦ ਸਨੋ ਹਕੀਮ ਸੀ ਤੇ ਉਹਨਾਂ ਦੇ ਮੇਰੇ ਫੁੱਫੜ ਜੀ ਵੀ ਅਗਾਂ ਹਕੀਮ ਬਣੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਸ਼ਾਹਬਾਦ ਮਾਰਕੀਟ ਰਹੇ ਠੀਕ ਠੀਕ ਉਹਨਾਂ ਦੇ 2 ਬੇਟੇ ਆ ਇੱਕ ਇੱਥੇ ਰਹਿੰਦਾ ਟੋਰੰਟੋ ਇੱਕ ਉੱਥੇ ਰਹਿੰਦਾ ਆਪਣੇ ਆਪਣੇ ਉੱਥੇ ਰਹਿੰਦਾ ਚੰਡੀਗੜ੍ਹ